ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਕਿਸਾਨੀ ਅੰਦੋਲਨ ਨੂੰ ਚੱਲਦਿਆਂ 5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਮੋਰਚਾ ਅਜੇ ਵੀ ਉਸੇ ਤਰ੍ਹਾਂ ਹੀ ਬੁਲਾਉਂਦੇ। ਨੈਸ਼ਨਲ ਮੀਡੀਆ ਵੱਲੋਂ ਆਏ ਦਿਨ ਕੋਈ ਨਾ ਕੋਈ ਅਫਵਾਹ ਫੈਲਾਈ ਜਾਂਦੀ ਹੈ ਕਿ ਟਿੱਕਰੀ ਬਾਰਡਰ ਉੱਪਰ ਕਿਸਾਨਾਂ ਦੀ ਗਿਣਤੀ ਘੱਟ ਹੋ ਗਈ ਹੈ, ਪਰ ਇਹ ਖਬਰ ਦੇਖਣ ਤੋਂ ਬਾਅਦ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ। ਪਰ ਟਿੱਕਰੀ ਬਾਰਡਰ 'ਤੇ ਬੈਠੇ ਇਸ ਬਜ਼ੁਰਗ ਨੇ ਕਿਸਾਨ ਜਥੇਬੰਦੀਆਂ ਤੋਂ ਪੱਖਾ ਜਾਂ ਕੂਲਰ ਨਾ ਹੋਣ ਦੀ ਗੁਹਾਰ ਲਗਾਈ ਹੈ। ਹੋਰ ਕੀ ਕਿਹਾ ਤੁਸੀਂ ਆਪ ਹੀ ਸੁਣੋ। ਟਿੱਕਰੀ ਬਾਰਡਰ ਤੋਂ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਦੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਬਾ ਜੀ ਆਪਣਾ ਨਾਮ ਕੀ ਹੈ ਜੀ? ਗੁਰਮੀਤ ਸਿੰਘ ਜੀ। ਕਿੱਥੋਂ ਆ ਬਾਬਾ ਜੀ? ਆਪਾਂ ਆਵਾਂ ਵੀਰ ਜੀ ਪਿੰਡ ਰੋਟੀ ਵਾਸਤਾ ਅਤੇ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ TV11 ਜੀ। ਕਿੰਨੇ ਟਾਈਮ ਤੋਂ ਬਾਬਾ ਜੀ ਉਰੇ ਡਟੇ ਹੋਏ ਆ ਜੀ? ਉਰੇ ਵੀਰ ਜੀ ਅਸੀਂ ਵਾਰੀ ਨਾਲ ਜਾਂਦੇ ਹਾਂ, ਹੁਣ ਮੰਗਲਵਾਰ ਨੂੰ ਆਏ ਤੇ ਅਸੀਂ। ਅੱਛਾ ਜੀ, ਉਦੋਂ ਆਇਓ ਪਹਿਲੇ ਦਿਨ ਤੋਂ ਹੀ ਆਏ ਹੋਏ? 5 ਮਹੀਨੇ ਤੋਂ ਪਹਿਲਾਂ ਤੋਂ ਆਏ ਹੋਏ? ਪਹਿਲਾਂ ਲਾ ਕੇ ਤੇ ਇੱਕ ਵਾਰੀ, ਦੂਜੀ ਫੇਰੀ ਆ। ਅੱਛਾ, ਦੂਜੀ ਵਾਰੀ ਆਏ ਹੋਏ? ਹਾਂ, ਪਹਿਲਾਂ 26 ਜਨਵਰੀ ਨੂੰ ਆਏ ਤੇ। ਉਰੇ ਕਿਸੇ ਚੀਜ਼ ਦੀ ਕਮੀ ਲੰਗਰ ਦੀ ਜਾਂ ਹੋਰ ਕਿਸੇ ਚੀਜ਼ ਦੀ ਕਮੀ ਹੋਵੇ ਜੀ? ਨਾ ਨਾ, ਕਮੀ ਵੀਰ ਜੀ ਇੱਥੇ ਕੋਈ ਨਹੀਂ ਹੈਗੀ। ਇੱਥੇ ਦੇਖੋ ਸਾਡੇ ਗਵਾਂਢੀ ਨੇ ਜਿਹੜੇ ਹਰਿਆਣੇ ਵਾਲੇ, ਹਾਂਜੀ, ਇਹ ਵੀ ਸਾਰਾ ਦਿਨ ਆਵਾਜ਼ਾਂ ਮਾਰਦੇ ਰਹਿੰਦੇ ਨੇ, ਪ੍ਰਸ਼ਾਦਾ ਛਕੋ, ਚਾਹ ਪੀਓ, ਜਿਹੜੀ ਮਰਜ਼ੀ ਚੀਜ਼ ਦੀ ਲੋੜ ਹੈ। ਇੱਧਰ ਆਪਣੇ ਲਵੇ ਨਕੋਦਰ ਵਾਲਿਆਂ ਦਾ ਲੰਗਰ ਹੈ। ਅੱਛਾ ਜੀ। ਅਤੇ ਉੱਥੇ ਵੀ ਹਰ ਵਾਸਤਾ ਖੁੱਲ੍ਹੇ ਭੰਡਾਰੇ ਚੱਲ ਰਹੇ ਨੇ, ਕਿਸੇ ਚੀਜ਼ ਦੀ ਘਾਟ ਨਹੀਂ। ਲੱਸੀ ਪੀਓ, ਚਾਹ ਪੀਓ, ਰੋਟੀ ਖਾਓ, ਜਦ ਮਰਜ਼ੀ। ਰੌਣਕ ਮੈਂ ਪਿੱਛੇ ਵੀ ਦੇਖ ਕੇ ਆਇਆ, ਵੀਡੀਓ ਬਣਾਈ ਆ, ਉਹ ਵੀ ਪਾਵਾਂਗੇ। ਰੌਣਕਾਂ ਵੀ ਵਾਧੂ ਲੱਗੀਆਂ ਹੋਈਆਂ ਟਿੱਕਰੀ ਬਾਰਡਰ 'ਤੇ, ਸਟੇਜ 'ਤੇ ਵੀ ਜਾ ਕੇ ਆਇਆ, ਪਾਣੀ ਵੀ ਤੁਹਾਡੇ ਸਾਹਮਣੇ ਹੋਣੀ, ਟੈਂਕਰ ਆਇਆ, ਪਾਣੀ ਦੀ ਵੀ ਕੋਈ ਕਮੀ ਨਹੀਂ ਹੈਗੀ। ਤਾਂ ਹੁਣ ਸਾਡੇ ਕੋਲ ਨਾ ਇੱਕ ਵੀਡੀਓ ਆਈ ਸੀ ਕਿ ਟਿੱਕਰੀ ਬਾਰਡਰ 'ਤੇ ਇਕੱਠ ਬਹੁਤ ਘੱਟ ਗਿਆ, ਜਾਂ ਨੌਜਵਾਨ ਮੁੰਡੇ ਆ ਨਹੀਂ ਰਹੇ। ਨੌਜਵਾਨ ਤਾਂ ਅਸੀਂ ਵੀ ਥੋੜ੍ਹੇ ਘੱਟ ਦੇਖੇ, ਤੁਹਾਡਾ ਕੋਈ ਮੈਸੇਜ ਨਾ ਨੌਜਵਾਨਾਂ ਲਈ? ਨੌਜਵਾਨ ਵੀਰ ਜੀ ਆ ਰਹੇ ਨੇ ਹੁਣ, ਕੰਮ ਧੰਦਿਆਂ ਨਾਲ ਕਣਕ ਦਾ ਨਿਬੜ ਗਿਆ ਨਾ, ਹੁਣ ਜ਼ਿਮੀਂਦਾਰਾਂ ਆਪਣੇ ਨੌਜਵਾਨਾਂ 'ਚ ਉਤਸ਼ਾਹ ਹੈ, ਬਹੁਤ ਨੌਜਵਾਨ ਆ ਰਹੇ ਨੇ। ਅਤੇ ਹੁਣ ਤੁਸੀਂ ਜਾ ਕੇ ਫਿਰ ਕੇ ਦੇਖੋਗੇ ਨਾ ਸਾਰੀ ਇਹਦੇ ਰੋਡ 'ਤੇ, ਪਤਾ ਲੱਗੂ ਵੀ ਨੌਜਵਾਨ ਵੀ ਹੁਣ ਇਹਦੇ ਵਿੱਚ ਪੂਰੇ ਸਰਗਰਮ ਹੋ ਰਹੇ ਨੇ। ਧਰਨੇ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੀ ਕਰਨਾ ਚਾਹੀਦਾ ਜੀ ਆਪਾਂ ਨੂੰ? ਧਰਨੇ ਨੂੰ ਬਾਈ ਮਜ਼ਬੂਤ ਕਰਨ ਵਾਸਤੇ ਦੇਖੋ, ਪਿੰਡਾਂ ਦੀਆਂ ਜਿਹੜੀਆਂ ਇਕਾਈਆਂ ਨੂੰ ਹੋਰ ਚੁਸਤ ਹੋਣ ਦੀ ਲੋੜ ਹੈ, ਵੀ ਵੱਧ ਤੋਂ ਵੱਧ ਸਹਿਯੋਗ ਲੈ ਕੇ ਲੋਕਾਂ ਦਾ ਵੱਧ ਤੋਂ ਵੱਧ ਉਰੇ ਸੰਗਤ ਭੇਜੀ ਜਾਵੇ। ਅਤੇ ਬਾਕੀ ਭਾਈਚਾਰਾ ਜਿਹੜਾ ਹਰਿਆਣੇ ਵਾਲਿਆਂ ਨਾਲ, ਉਹ ਵੱਧ ਤੋਂ ਵੱਧ ਵਧਾਇਆ ਜਾਵੇ। ਮਤਲਬ ਇਹ ਸੰਘਰਸ਼ ਆ ਜਿਹੜਾ ਬਹੁਤ ਲੰਬਾ ਚੱਲਣਾ ਹੈ, ਵੱਧ ਤੋਂ ਵੱਧ ਸਹਿਯੋਗ ਦੇ ਕੇ ਅਤੇ ਨਗਰ ਨਿਵਾਸੀਆਂ ਦੇ ਵਿੱਚ ਪ੍ਰੇਮ ਪਿਆਰ ਏਕਾ ਵਧਾ ਕੇ ਆਪਾਂ ਸੰਘਰਸ਼ ਨੂੰ ਹੋਰ ਮਜ਼ਬੂਤ ਕਰ ਸਕਦੇ। ਇਹ ਬਾਬਾ ਜੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਮਜ਼ਬੂਤ ਕਰ ਸਕਦੇ। ਇਹ ਬਾਬਾ ਜੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਰੋਨਾ ਦਾ ਬਹੁਤ ਬੜਾ ਮਾਹੌਲ ਬਣਿਆ ਹੋਇਆ। ਅੱਜ ਉਰੇ 'ਤੇ ਵੀ ਇਕੱਠ ਗਿਆ ਤਾ, ਸੰਭੂ ਬਾਰਡਰ ਤੋਂ ਵੀ ਗਿਆ ਤਾ, ਕਿ ਇੱਥੇ ਕਰੋਨਾ ਜਿਹੜਾ ਹੈ ਉਹਦੇ ਕਰਕੇ ਲੋਕਡਾਊਨ ਲੱਗਿਆ ਉਹ ਤੋੜ ਰਹੇ ਹੈ। ਤੁਹਾਨੂੰ ਕੀ ਲੱਗਦਾ, ਕਰੋਨਾ ਹੈ ਜਾਂ ਇਹ ਝੂਠੀ ਖਬਰ ਫੈਲਾਈ ਜਾ ਰਹੀ ਹੈ? ਕਰੋਨਾ ਤਾਂ ਨਹੀਂ ਹੈਗਾ ਵੀਰ ਜੀ, ਕਰੋਨੇ ਤਾਂ ਇੱਕ ਦਹਿਸ਼ਤ ਸਰਕਾਰ ਵੱਲੋਂ ਫੈਲਾਈ ਜਾ ਰਹੀ ਹੈ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ। ਇੱਕ ਤਾਂ ਲੋਕਾਂ ਦਾ ਇੱਥੇ ਇਕੱਠ ਘੱਟ ਹੋਵੇ, ਇੱਕ ਦੂਆ ਸਰਕਾਰ ਨੂੰ ਬਹਾਨਾ ਮਿਲ ਜੇ ਕਰੋਨਾ ਦੇ ਨਾਂ 'ਤੇ ਅੰਦੋਲਨ ਨੂੰ ਖਤਮ ਕਰਨ ਦਾ। ਅਤੇ 5 ਮਹੀਨੇ ਤੋਂ ਅੰਦੋਲਨ ਚੱਲ ਰਿਹਾ, ਅਜੇ ਤੱਕ ਕਿਸੇ ਨੂੰ ਕਰੋਨਾ ਨਹੀਂ ਉਰੇ ਹੋਇਆ? ਕਿਸੇ ਨੂੰ ਵੀ ਕਰੋਨਾ ਨਹੀਂ ਹੋਇਆ? ਬਿਲਕੁਲ, ਕਿਸੇ ਬਿਨਾਂ ਮਾਸਕ ਤੋਂ ਘੁੰਮ ਰਹੇ, ਸਾਰੇ ਬਿਨਾਂ ਮਾਸਕ ਤੋਂ ਘੁੰਮ ਰਹੇ ਹੈ। ਹਾਂ ਹਾਂ, ਬਿਲਕੁਲ ਸਹੀ ਗੱਲ ਹੈ, ਕਿਸੇ ਕਿਸਾਨ ਨੂੰ ਕਰੋਨਾ ਨਹੀਂ ਹੋਇਆ ਅੰਦੋਲਨ ਦੇ ਵਿੱਚ, ਕਿਸੇ ਵੀ ਧਰਨੇ 'ਤੇ ਕੋਈ ਕੇਸ ਨਹੀਂ ਆਇਆ ਹੈਗਾ ਕਰੋਨੇ ਦਾ। ਇਹ ਕਰੋਨਾ ਤੁਹਾਨੂੰ ਪਤਾ ਇੱਕ ਤਸਕਰੀ ਕਰੀ ਜਾ ਰਹੀ ਕਰੋਨਾ ਦੇ ਨਾਂ 'ਤੇ, ਸਰੀਰਕ ਅੰਗ ਵਗੈਰਾ ਕੱਢ ਕੇ ਵੇਚੇ ਜਾ ਰਹੇ ਹੈ। ਐਸਾ ਕਈ ਪਿੱਛੇ ਜੇ ਵੀਡੀਓ ਵੀ ਆਈ ਸੀ ਇੱਕ ਥੋੜ੍ਹੇ ਕੁ ਦਿਨ ਪਹਿਲਾਂ ਕਿ ਐਂਬੂਲੈਂਸ ਦੀ 1,20,000 ਰੁਪਇਆ ਕਿਰਾਇਆ ਬੰਦਾ ਮੰਗ ਰਿਹਾ ਤਾ ਕਰੋਨਾ ਮਰੀਜ਼ ਤੋਂ। ਹਾਂ, ਇਹ ਸਿਰਫ ਸਰਕਾਰਾਂ ਨੇ ਪੈਸਾ ਬਣਾਉਣ ਦਾ ਜ਼ਰੀਆ ਲੱਭਿਆ ਹੋਇਆ, ਬਸ ਬਸ, ਹੋਰ ਕਰੋਨਾ ਵਗੈਰਾ ਹੈ ਨਹੀਂ ਕੁਛ ਵੀ। ਤੁਸੀਂ ਸਭ ਦੇ ਸਾਹਮਣੇ ਆਕਸੀਜਨ ਦੀ ਕਿੰਨੀ ਬਲੈਕਮੇਲ ਹੋਈ ਹੈ, ਟੀਕਿਆਂ ਦੀ ਕਿੰਨੀ ਬਲੈਕਮੇਲਿੰਗ ਹੋ ਗਈ ਹੈ, ਜਿਨ੍ਹਾਂ ਨੂੰ ਖਾਲਿਸਤਾਨੀ ਬੋਲਿਆ ਜਾਂਦਾ ਤਾਂ ਅੱਜ ਉਹੀ ਆਕਸੀਜਨ ਘਰਾਂ ਘਰਾਂ ਜਾ ਕੇ ਦੇ ਰਹੇ ਹੈ ਜੀ। ਦੇ ਰਹੇ ਨੇ, ਬਿਲਕੁਲ ਸਹੀ ਗੱਲ ਹੈ, ਗੁਰਦੁਆਰਿਆਂ ਗੁਰੂ ਘਰਾਂ 'ਚ ਆਕਸੀਜਨ ਦੇ ਲੰਗਰ ਲੱਗ ਰਹੇ ਨੇ। ਸ਼ੰਭੂ ਬਾਰਡਰ ਤੋਂ ਵੀ ਦੇਖ ਕੇ ਆਏ, ਉੱਥੇ ਵੀ ਆਕਸੀਜਨ ਆਪਣੇ ਹੋਸਪਿਟਲ ਜਿਹੜੇ ਲੱਗੇ ਕਿਸਾਨਾਂ ਵੀਰਾਂ ਨੇ ਲਾਏ ਹੋਏ ਆ, ਉੱਥੇ ਵੀ ਆਕਸੀਜਨ ਵਾਧੂ ਪਈ ਹੈ। ਕੋਈ ਲੋਕਲ ਵੀ ਆਉਂਦਾ ਹੈ ਤਾਂ ਉਹਨਾਂ ਵਾਸਤੇ ਵੀ ਆਕਸੀਜਨ ਹੈ, ਹਰੇਕ ਵਾਸਤੇ ਆਕਸੀਜਨ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਉਰੇ ਹੋਸਪਿਟਲ ਦਾ ਪ੍ਰਬੰਧ ਹੈ ਜੀ? ਨਾ, ਉਰੇ ਕੋਈ ਹੋਸਪਿਟਲ ਦਾ ਪ੍ਰਬੰਧ ਨਹੀਂ। ਉੱਧਰ ਦੋ ਦੋ ਹੋਸਪਿਟਲ ਹੈ, ਬਾਕੀ ਕੋਈ ਨਹੀਂ ਸੰਸਥਾ ਨਾਲ, ਖਾਲਸਾ ਐਡ ਆ ਨਾਲ ਵੀ ਗੱਲ ਕਰਦੇ ਜਾ ਕੇ ਅਸੀਂ, ਉਰੇ ਆਕਸੀਜਨ ਦਾ ਜਾਂ ਫਿਰ ਕੋਈ ਹੋਸਪਿਟਲ ਦਾ ਕੋਈ ਪ੍ਰਬੰਧ ਨਹੀਂ ਹੈ। ਬਾਬਾ ਜੀ ਇੱਕ ਕਰੋਨਾ ਦੇ ਟੀਕੇ ਬਾਰੇ, ਜਿੱਦਾਂ ਟੀਕਾ ਲਗਾਇਆ ਜਾ ਰਿਹਾ, ਵੀ ਟੀਕਾ ਪੰਜਾਬ 'ਚ ਕਈ ਵਿੱਚ ਕੇਸ ਆ ਰਹੇ ਆ ਕਰੋਨਾ ਦੇ, ਤੁਸੀਂ ਉਹਦੇ ਬਾਰੇ ਕੁਛ ਕਹਿਣਾ ਚਾਹੁੰਦੇ ਹੋ? ਵੀਰ ਜਿਹੜਾ ਕਰੋਨਾ ਦਾ ਟੀਕਾ ਲਾਇਆ ਨਾ ਇਹਨਾਂ ਨੇ ਆਪਣੇ ਕੋਵਿਡ ਸ਼ੀਲਡ ਦਾ,
ਉਹ ਵੀਰ ਜੀ ਟੀਕਾ ਜਿਹਦੇ ਜਿਹਦੇ ਵੀ ਲੱਗਿਆ ਹੈ, ਇੱਕ ਤਾਂ ਸਰੀਰਾਂ ਦੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ, ਕਮਜ਼ੋਰੀ ਇੰਨੀ ਆ ਗਈ, ਪਹਿਲਾਂ ਤਾਂ ਬੁਖਾਰ ਚੜ੍ਹਦਾ ਰਿਹਾ, ਫਿਰ ਉਹਦੇ ਨਾਲ ਜ਼ਿਆਦਾ ਕਮਜ਼ੋਰੀ ਆਉਣ ਕਰਕੇ ਗਰਮੀ ਵੀ ਵੱਧ ਗਈ ਅਤੇ ਉਹਨਾਂ ਦੇ ਫੁੰਸੀਆਂ ਵਗੈਰਾ ਬਹੁਤ ਕੁਝ ਨਿਕਲਦੀਆਂ ਨੇ। ਤੁਸੀਂ ਲਵਾਇਆ ਜੀ ਟੀਕਾ? ਮੈਂ ਟੀਕਾ ਖੁਦ ਲਵਾਇਆ। ਕਿੰਨਾ ਟਾਈਮ ਹੋ ਗਿਆ ਜੀ ਟੀਕਾ ਲਵਾਇਆ? ਮੈਂ 26 ਤਰੀਕ ਨੂੰ ਲਵਾਇਆ ਸੀ। ਉਸ ਤੋਂ ਬਾਅਦ ਕੋਈ ਪ੍ਰੋਬਲਮ ਸਰੀਰਕ? ਬਹੁਤ ਜ਼ਿਆਦਾ ਵੀਕਨੈਸ ਹੀ ਆਈ ਹੈ ਅਤੇ ਮੈਂ ਤਾਂ ਕਹਿੰਦਾ ਵੀ ਇਹ ਕਹਿੰਦੇ ਵੀ ਉਹਦੇ ਨਾਲ ਤਾਕਤ ਆਊਗੀ, ਉਹ ਤਾਂ ਜਿਹੜੇ ਵੀ ਸਾਡੇ ਪਿੰਡ 'ਚ ਜਿੰਨੇ ਵੀ ਬਜ਼ੁਰਗਾਂ ਨੇ ਲਵਾਇਆ ਉਹ ਸਾਰੇ ਬਹੁਤ ਜ਼ਿਆਦਾ ਆਪਦੇ ਆਪ ਨੂੰ ਵੀਕਨੈਸ ਮਹਿਸੂਸ ਕਰ ਰਹੇ ਨੇ, ਉੱਠਿਆ ਨਹੀਂ ਜਾ ਰਿਹਾ, ਕਈਆਂ ਨੂੰ ਚੱਕਰ ਆ ਰਹੇ ਨੇ। ਬਾਅਦ ਅੱਗੇ ਤਨਖਾਹਾਂ ਮਿਲੂੰਗੀਆਂ ਤੁਹਾਨੂੰ ਫੈਕਟਰੀਆਂ 'ਚ ਲੱਗੇ ਹੋਏ ਆ, ਤੁਹਾਡੇ ਬਿੱਲ ਨਹੀਂ ਉਨਾ ਟਾਈਮ ਆਊਗਾ ਜਿੰਨਾ ਟਾਈਮ ਲੋਕਡਾਊਨ ਹੈ, ਪਰ ਇਹਦੇ ਵਿੱਚ ਤਨਖਾਹ ਕਿਸੇ ਨੂੰ ਨਹੀਂ ਮਿਲੀ, ਬਿੱਲ ਸਭ ਨੂੰ ਆ ਰਹੇ ਤੇ ਹੁਣ ਫਿਰ ਇਹੀ ਚੀਜ਼ ਨਾਲ ਕਹਿ ਕੇ ਪਰੇਸ਼ਾਨ ਕੀਤਾ ਜਾ ਰਿਹਾ। ਪਰ ਜਿਹੜੇ ਕਿਸਾਨਾਂ ਦੇ ਵਿੱਚ ਲਾਗੇ ਜਿੰਨੇ ਵੀ ਰੇਹੜੀਆਂ ਵਾਲੇ ਨੇ ਕੋਈ ਵੀ ਹੈ, ਉਹਨਾਂ ਦਾ ਕੰਮ ਚੱਲ ਰਿਹਾ, ਉਹ ਤਾਂ ਸਾਨੂੰ ਇਹੀ ਕਹਿ ਰਹੇ ਕਿ ਤੁਹਾਡੀ ਵਜ੍ਹਾ ਨਾਲ ਸਾਡਾ ਕੰਮ ਚੱਲੀ ਜਾ ਰਿਹਾ ਹੈ, ਪੈਸੇ ਕਮਾਈ ਜਾ ਰਹੇ, ਨਿਆਣੇ ਪਾਲ ਰਹੇ, ਜੇ ਸਰਕਾਰਾਂ ਜੇ ਤੁਸੀਂ ਨਾ ਹੁੰਦੇ ਉਰੇ ਤਾਂ ਉਹਨਾਂ ਨੇ ਹੁਣ ਕੰਮ ਬੰਦ ਕਰਾ ਦੇਣਾ। ਤਾਂ ਤੁਸੀਂ ਇਹਨਾਂ ਬਾਰੇ ਕੋਈ ਕਹਿਣਾ ਚਾਹੁੰਦੇ ਹੋ ਕੁਛ? ਇਹ ਤਾਂ ਵੀਰ ਜੀ ਹੈਗੇ ਜਿਹਨੇ ਰੋਜ਼ ਕਰਕੇ ਖਾਣਾ ਹੈ ਉਹਦੇ ਵਾਸਤੇ ਤਾਂ ਲਾਕਡਾਊਨ ਇੱਕ ਮੌਤ ਦਾ ਫਰਮਾਨ ਵਾਲੀ ਗੱਲ ਹੈ, ਉਹ ਬੱਚੇ ਕਿੱਥੋਂ ਖਾਣਗੇ? ਜਿਹਨੇ ਰੋਜ਼ ਕਮਾ ਕੇ ਸਵੇਰੇ ਕਮਾ ਕੇ ਸ਼ਾਮ ਨੂੰ ਖਾਣਾ, ਸ਼ਾਮ ਨੂੰ ਕਮਾ ਕੇ ਸਵੇਰੇ ਖਾਣਾ, ਉਹਨਾਂ ਵਾਸਤੇ ਤਾਂ ਬਹੁਤ ਮੁਸ਼ਕਲ ਹੈ। ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਵਿੱਚ ਕੋਈ ਦਮ ਨਹੀਂ ਹੈਗਾ, ਇਹਨਾਂ ਨੂੰ ਕੋਈ ਸਿਸਟਮ ਨਹੀਂ ਬਣਾਉਣ ਆਉਂਦਾ ਵੀ ਕਿਹੜੇ ਆਪਾਂ ਨੇ ਦੁਕਾਨਾਂ ਖੋਲ੍ਹਣੀਆਂ ਨੇ, ਕਿਹੜੀਆਂ ਬੰਦ ਕਰਨੀਆਂ ਨੇ, ਕੋਈ ਸਰਕਾਰ ਤੋਂ ਸਿਸਟਮ ਨਹੀਂ ਸੈੱਟ ਹੋ ਰਿਹਾ, ਜਿਹਦੇ ਕਰਕੇ ਪੰਜਾਬ ਦੇ ਵਿੱਚ ਜ਼ਿਆਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਲੋਕਡਾਊਨ ਦਾ। ਅੱਜ ਲੋਕਡਾਊਨ ਵੀ ਖੋਲ੍ਹਿਆ ਜਾ ਰਿਹਾ ਪੰਜਾਬ ਦੇ ਵਿੱਚ, ਬਿਨਾਂ ਮਾਸਕ ਤੋਂ ਸਾਰੇ ਨਿਕਲੇ ਹੋਏ ਨੇ, ਇੱਕ ਪੈਦਲ ਮਾਰਚ ਜਾਂ ਫਿਰ ਟਰੈਕਟਰ ਮਾਰਚ ਕਹਿ ਦਈਏ ਕੱਢ ਰਹੇ ਨੇ ਇਹ। ਹਾਂ, ਇਹ ਸਿਰਫ ਇਸੇ ਕਰਕੇ ਕੱਢ ਰਹੇ ਕਿ ਕਰੋਨਾ ਹੈ ਨਹੀਂ, ਇਹ ਖੋਹ ਪਾਇਆ ਜਾ ਰਿਹਾ ਸਰਕਾਰ ਵੱਲੋਂ। ਬਿਲਕੁਲ ਸਹੀ ਗੱਲ ਹੈ। ਹਾਂਜੀ ਵੀਰ ਜੀ, ਆਪਣਾ ਨਾਮ ਦੱਸੋਗੇ ਜੀ? ਮੇਰਾ ਨਾਮ ਕੁਲਦੀਪ ਸਿੰਘ ਜੀ, ਪਿੰਡ ਰੋਟੀ, PV11 ਜੀ। ਅੱਛਾ ਜੀ, ਅੱਜ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜਿਹੜਾ ਪੰਜਾਬ ਦੇ ਵਿੱਚ ਮਾਰਚ ਕੱਢਿਆ ਜਾ ਰਿਹਾ ਕਰੋਨਾ ਦੇ ਖਿਲਾਫ ਔਰ ਲੋਕਡਾਊਨ ਖੋਲ੍ਹਣ ਦੇ ਖਿਲਾਫ? ਜਿਹੜੀ ਪੰਜਾਬ ਸਰਕਾਰ ਹੈ ਤੋਂ ਕੰਮ ਨਹੀਂ ਲੋਟ ਆ ਰਿਹਾ, ਕੰਮ ਇਹ ਤੋਂ ਉਲਝ ਗਿਆ ਪੰਜਾਬ ਸਰਕਾਰ ਤੋਂ। ਸਾਡੇ ਨਾਲ ਉਰੇ ਕਿਸਾਨ ਭਰਾ UP ਦੇ, ਰਾਜਸਥਾਨ ਦੇ, MP ਦੇ ਆਏ ਹੋਏ ਨੇ ਅਤੇ ਬਾਹਰੋਂ ਬਾਹਰੋਂ, ਅਤੇ ਉਹਨਾਂ ਨੇ ਜਾ ਕੇ ਆਪਣੀਆਂ ਕਰੋਨਾ ਰਿਪੋਰਟਾਂ ਕਰਾਈਆਂ ਨੇ, ਉਹ ਬਿਲਕੁਲ ਸਹੀ ਆ ਰਹੀਆਂ ਨੇ। ਪੰਜਾਬ ਦੇ ਵਿੱਚ ਕਰੋਨਾ ਰਿਪੋਰਟਾਂ ਝੂਠੀਆਂ ਆ ਰਹੀਆਂ ਨੇ, ਕਈ ਸਾਡੇ ਨਾਲ ਕਿਸਾਨ ਭਰਾ ਅੰਮ੍ਰਿਤਸਰ ਦੇ ਸੀ, ਉਹਨਾਂ ਨੇ ਜਾ ਕੇ ਰਿਪੋਰਟਾਂ ਕਰਾਈਆਂ ਨੇ, ਉਹਨਾਂ ਨੂੰ ਰਿਪੋਰਟ ਦੇ ਵਿੱਚ ਕਰੋਨਾ ਥੋੜ੍ਹਾ ਜਿਹਾ ਸ਼ੋਅ ਕਰਿਆ ਵੀ ਹਾਂਜੀ ਤੁਹਾਨੂੰ ਕਰੋਨਾ ਹੈ। ਅਤੇ ਜਿਹੜੇ ਸਾਡੇ ਨਾਲ ਕਿਸਾਨ ਭਰਾ ਪੂਰੇ ਦਿੱਲੀ ਇੱਥੇ ਦੇ ਸੀ, ਰਾਜਸਥਾਨ ਦੇ, ਉਹਨਾਂ ਨੇ ਰਿਪੋਰਟਾਂ ਕਰਾਈਆਂ, ਉਹ ਕਹਿੰਦੇ ਬਿਲਕੁਲ ਸਹੀ ਰਿਪੋਰਟਾਂ ਨੇ, ਪੰਜਾਬ ਦੇ ਵਿੱਚ ਰਿਪੋਰਟਾਂ ਵੀ ਝੂਠੀਆਂ ਬਣਾ ਰਹੀਆਂ ਸਰਕਾਰਾਂ। ਹਾਂਜੀ, ਇਹ ਹੁਣ ਟਿੱਕਰੀ ਬਾਰਡਰ ਦਾ ਮਾਹੌਲ ਤੁਸੀਂ ਦੱਸ ਸਕਦੇ ਹੋ? ਟਿੱਕਰੀ ਬਾਰਡਰ ਦਾ ਮਾਹੌਲ ਬਿਲਕੁਲ ਠੀਕ ਆ, ਕੋਈ ਇੱਥੇ ਕਰੋਨਾ ਨਹੀਂ, ਸਭ ਕੁਛ ਮਿਲ ਰਿਹਾ। ਜਿਵੇਂ ਦੱਸਿਆ ਇਹਨਾਂ ਨੇ ਬਜ਼ੁਰਗਾਂ ਨੇ ਵੀ ਸਾਨੂੰ ਲੰਗਰ ਪਾਣੀ ਦੀ ਕੋਈ ਟੋਟ ਨਹੀਂ, ਸਭ ਵਾਜਾਂ ਮਾਰਦੇ ਨੇ। ਇਹ ਬਾਬੇ ਨਾਨਕ ਦਾ ਲੰਗਰ ਆ ਜੀ, ਚੱਲ ਰਿਹਾ 24 ਘੰਟੇ ਚੱਲਦਾ ਰਿਹਾ, ਸਾਰੇ ਸਿੰਘ ਆਪਣਾ ਹੱਸ ਕੇ ਲੰਗਰ ਸਕਾਰ ਕਰ। ਹਾਂਜੀ, ਤੁਹਾਨੂੰ ਦੱਸ ਦਈਏ ਕਿ ਕਰੋਨਾ ਇੱਕ ਖੌਫ ਹੈ, ਕਰੋਨਾ ਦੇ ਇਲਾਵਾ ਹੋਰ ਕੁਛ ਨਹੀਂ ਹੈ, ਇਹ ਸਿਰਫ ਖੌਫ ਪਾਇਆ ਹੋਇਆ ਸਰਕਾਰਾਂ ਨੇ। 5 ਮਹੀਨੇ ਤੋਂ ਡਟੇ ਹੋਏ ਕਿਸਾਨ, ਅਤੇ ਤੁਸੀਂ ਆਪ ਵੀ ਦੇਖ ਸਕਦੇ ਜਿੱਥੇ 5 ਮਹੀਨੇ 'ਚ ਕੋਈ ਕੇਸ ਨਹੀਂ ਆਇਆ, ਤਾਂ ਫਿਰ ਇਹ ਤਾਂ ਸਿਰਫ ਤਸਕਰੀ ਕਰੀ ਜਾ ਰਹੀ ਸਰਕਾਰ ਵੱਲੋਂ। ਮੈਂ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਤੋਂ ਰਕੇਸ਼, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।